ਬੜੀ ਆਈ ਨਹੀਂ ਕਰਦਾ ਵੀ ਜਦ ਤੰਨੇ ਦੀ ਜੋੜੀ ਵੱਜੂਗੀ ਨਾ ਬਈ ਜੱਦੀ ਜਾਵਾਰੇ ਇਹਦਾ ਬਦੇ ਹੁਕਮ ਨਾਲ ਬਿੱਦੀ ਇਹ ਮੇਰੀ ਜੋੜੀ ਸਾਰਿਆ ਖਾੜਿਆਂ ਦੇ ਉੱਤੋਂ ਦੀ ਹੋਣੀ ਹੈ ਇਹ ਮੇਰੀ ਗਰੰਟੀ ਸੀ ਜੀ 12 ਘੰਟੇ ਦਾ ਮੈਨੂੰ ਹਟਾ ਦੇਣਾ ਕੋਈ 12 ਘੰਟੇ ਮੈਨੂੰ ਹਟਾ ਦੇਣਾ 12 ਘੰਟੇ ਦੇ ਵਿੱਚ ਬਾਦਾਂ ਦਾ ਜਾਊਂਗਾ ਘਾਟ ਰੱਖ ਸ਼ੁਰੂ ਹੋਇਆ 15-18 ਸਾਲ ਦਾ ਜਦੋਂ ਜੰਮਾ ਸ਼ੁਰੂ ਕੀਤਾ ਹੈ ਉਹ ਗਰੀ ਹਰਨ ਨੂੰ ਮੈਂ ਸਾਲ ਦੀ ਹੋਰ ਹੁਣ ਅੱਜਕੱਲ ਦਾ ਲੱਖਾਂ ਦੀ ਗੱਲ ਹੁੰਦੀ ਹੈ ਜਦੋਂ ਗਾਇਕੀ ਦੇ ਅਖਾੜੇ ਲੱਗਦੇ ਨੇ ਉਹ ਤਾਂ ਸਾਡਾ ਜਦ ਗਾਉਂਦੇ ਸੀ ਸਾਨੂੰ ਕਿਤੇ 50 ਰੁਪਏ ਬਣ ਜਾਣੇ ਕਦੇ 60 ਰੁਪਏ ਬਣ ਜਾਣੇ ਬੱਦੇ ਦੇ ਬੱਦੇ 100 ਰੁਪਏ ਬਣ ਜਾਣਾ ਆ 200 ਰੁਪਏ ਸਾਨੂੰ ਸ਼ਪਾਰ ਦੇ ਮੇਲੇ ਦੇ ਬਣਦਾ ਹੁੰਦਾ ਸੀ ਅਸੀਂ ਕਹਿੰਦਾ ਬੱਲੇ 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 ਨਾਲੇ ਮੈਨੂੰ ਕੋਈ ਕਿਸੇ ਨੇ ਹਾਲ ਚਾਲ ਨਹੀਂ ਪੁੱਛਿਆ ਇੱਕ ਹੈਗਾ ਸ਼ਜਨ ਉਹ ਮਹੀਨੇ ਦੀ ਮਹੀਨੇ ਮੇਰੀ ਦਵਾਈ ਜੋ ਕੇ ਪੈਸੇ ਦੇ ਦਿੰਦਾ ਨਹੀਂ ਹੋਰ ਨਹੀਂ ਕਿਸੇ ਨੇ ਪੁੱਛਿਆ ਬਰਿੰਦਰ ਬੀਬਾ ਨਾਲ ਤੁਹਾਡਾ ਕਹਿੰਦੇ ਇੱਕ ਕੋਈ ਅਖਾੜਾ ਲਾਇਆ ਸੀ ਤੁਸੀਂ ਇੱਕ ਵਾਰੀ ਲਾਇਆ ਬੀਬੀ ਮੈਂ ਉਹ ਜਾਣੀ ਮੈਨੂੰ ਉਹ ਦੇਖ ਕੇ ਆਇਆ ਕਹਿੰਦੀ ਸੀ ਵੀ ਇਹ ਸਾਡੇ ਨਾਲ ਪਜਾ ਦੂ ਤੇ ਬਾਏ ਉਹਨੂੰ ਕੱਟ ਕੇ ਇੱਕ ਦਿਨ ਹੋ ਜਾ ਫੜਾਤਾ ਮਾ ਬਾਪਾ ਨੇ ਆ ਤੂੰ ਆਪਣੇ ਦੇਲੀ ਰਾਮ ਨੂੰ ਦੇ ਦੇ ਸਾਡਾ ਇੱਕ ਨਗੋਜ ਜੀ ਖੂਪ ਭਰ ਦਵੇਂ ਨਾ ਮੈਂ ਉਹਦਾ ਸ਼ੇਰ ਤੋਂ ਫਿਰ ਲੋਕਾਂ ਨੇ ਛਡਾਉਣ ਲੱਗੇ ਨੇ ਮੇਰੇ ਸ਼ਗਿਰਦ ਮੈਂ ਇਹ ਜੁੱਤਾਂ ਨਾ ਬਣਾਉਂਦਾ ਆਪਦਾ ਦਿਮਾਗ ਖਰਚ ਕਰਕੇ ਆ ਬਣਾਉਣ ਲੱਗਿਆ ਵਜਾਉਣ ਲੱਗਿਆ ਬੁਢਾ ਹੋ ਗਿਆ ਹੁਣ ਮੈਨੂੰ ਮੇਰੀ ਕਦਰ ਕਿਤੇ ਨਹੀਂ ਪਈ ਕਾਲਿਆਂ ਤੋਂ ਐ ਲੋਕੋ ਜੇ ਛੁੱਟ ਜਾਂਦੇ ਸੀਗੇ ਬਈ ਤੰਨਾ ਆ ਗਿਆ ਹੁਣ ਅਸੀਂ ਇੱਥੇ ਕੀ ਕਰਾਂਗੇ ਇਸ਼ਾ ਗੱਜ ਦੀ ਨੌਜਵਾਨ ਪੀੜੀ ਨੂੰ ਇਹ ਲੱਗਦਾ ਹੈ ਕਿ ਉਹ ਆਪਣੇ ਪੂਰਵਜਾਂ ਤੋਂ ਵੱਧ ਜਾਣਦੀ ਹੈ ਨੌਜਵਾਨ ਪੀੜੀ ਨੂੰ ਲੱਗਦਾ ਹੈ ਕਿ ਜੋ ਕੰਮ ਉਹ ਕਰ ਰਹੀ ਹੈ ਉਹਨਾਂ ਦੇ ਪੂਰਵਜ ਨਹੀਂ ਕਰ ਸਕਦੇ ਸਨ ਬਹੁਤ ਐਡਵਾਂਸ ਹੋ ਗਏ ਹਾਂ ਅਸੀਂ ਬਹੁਤ ਮਾਡਰਨ ਹੋ ਗਏ ਹਾਂ ਜਿਹੜੀ ਸੱਭਿਆਚਾਰ ਦੀ ਇਮਾਰਤ ਸਾਡੇ ਪੂਰਵਜਾਂ ਵੱਲੋਂ ਉਸਾਰੀ ਗਈ ਸੀ ਅੱਜ ਉਸ ਸੱਭਿਆਚਾਰ ਦੀ ਇਮਾਰਤ ਦੇ ਉੱਤੇ ਨਵੀਆਂ-ਨਵੀਆਂ ਮੰਜ਼ਲਾਂ ਖੜੀਆਂ ਕਰ ਰਹੇ ਹਾਂ ਪਰ ਜਿਹੜਾ ਸਾਡਾ ਬੇਸ ਹੈ ਜੋ ਸਾਡਾ ਸੱਭਿਆਚਾਰ ਹੈ ਉਸ ਨੂੰ ਅਸੀਂ ਭੁਲਾਉਂਦੇ ਜਾ ਰਹੇ ਹਾਂ ਅੱਜ ਤੁਹਾਡੀ ਮੁਲਾਕਾਤ ਇੱਕ ਬੜੀ ਹੀ ਖਾਸ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੇ ਹਾਂ ਇਹਨਾਂ ਨੂੰ ਧੰਨਾ RAM ਅਲਗੋਜ਼ੇ ਵਾਲਾ ਇਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਅਲਗੋਜ਼ਾ ਇਹਨਾਂ ਦੇ ਹੱਥ ਵਿੱਚ ਤੁਸੀਂ ਦੇਖ ਸਕਦੇ ਹੋ ਉਮਰ 99 ਸਾਲ 16 ਸਾਲ ਦੀ ਉਮਰ ਤੋਂ ਬਾਪੂ ਜੀ ਅਲਗੋਜ਼ਾ ਵਜਾ ਰਹੇ ਨੇ ਜਿਨ੍ਹਾਂ ਚੀਜ਼ਾਂ ਨੂੰ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ ਬਾਪੂ ਜੀ ਉਸੇ ਸੱਭਿਆਚਾਰ ਦੀ ਗੱਲ ਕਰਨਗੇ ਉਸੇ ਸੱਭਿਆਚਾਰ ਦਾ ਜ਼ਿਕਰ ਕਰਨਗੇ ਵਧੇਰੇ ਗੱਲਬਾਤ ਬਾਪੂ ਤੰਨਾ RAM ਅਲਗੋਜ਼ੇ ਵਾਲੇ ਦੇ ਨਾਲ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਠੀਕ ਆ ਜੀ ਬਾਪੂ ਜੀ ਇਹ ਅਲਗੋਜ਼ਾ ਵਜਾਉਣਾ ਕਦੋਂ ਸ਼ੁਰੂ ਕੀਤਾ ਸੀ ਇਹ ਸ਼ੁਰੂ ਜੀ 1500 ਦਾ ਸਾਲ ਦਾ ਸੀ ਜਦੋਂ ਅਸੀਂ ਸ਼ੁਰੂ ਕੀਤਾ ਹੁਣ ਮੇਰੀ 99 ਸਾਲ ਦੀ ਉਮਰ ਹੋ ਗਈ ਅੱਛਾ ਜੀ ਦੇਖ ਲਓ ਜੀ ਕਿੰਨਾ ਚੜ ਹੋ ਗਿਆ ਹਾਂਜੀ ਹਾਂਜੀ ਇਹ ਵਜਾਉਣਾ ਜਦੋਂ ਸ਼ੁਰੂ ਕੀਤਾ ਇਸ ਬਾਰੇ ਕੀ ਪਤਾ ਸੀ ਅਲਗੋਜ਼ਾ ਕੀ ਹੁੰਦਾ ਕਿਹਨੇ ਦੱਸਿਆ ਸੀ ਇਹਨੇ ਮੈਨੂੰ ਦੱਸਿਆ ਜੀ ਦੁਆਬੇ ਦੇ ਵਿੱਚੋਂ ਉਹਨਾਂ ਤੋਂ ਮੈਂ ਸਿੱਖਿਆ ਸੀਗਾ ਉਹ ਮੈਂ ਉਸਤਾਦ ਬਣਾਏ ਸੀ ਔਰ ਵਜਾਉਣ ਵਾਲੇ ਉਸਤਾਦ ਮੇਰੇ ਬਰੇਰ ਕੋਲ ਦਾ ਅਜੀਜ਼ ਬੰਦੇ ਬੱਪੂ ਜੀ ਬੜੇ ਵੱਡੇ ਵੱਡੇ ਕਲਾਕਾਰਾਂ ਨੂੰ ਤੁਸੀਂ ਸਿਖਾ ਚੁੱਕੇ ਹੋ ਬੜੇ ਵੱਡੇ ਵੱਡੇ ਕਲਾਕਾਰ ਤੁਹਾਡੇ ਤੋਂ ਸਿੱਖ ਕੇ ਜਿਹੜੇ ਤੁਹਾਡੇ ਸ਼ਾਗਿਰਦ ਨੇ ਅੱਜ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਉਹਨਾਂ ਨੂੰ ਸਿਖਾ ਚੁੱਕੇ ਹੋ ਤੁਸੀਂ ਤੁਹਾਨੂੰ ਯਾਦ ਰੱਖਦੇ ਨੇ ਉਹ ਤੁਹਾਡੇ ਤੁਹਾਡਾ ਹਾਲ ਚਾਲ ਪੁੱਛਦੇ ਨੇ ਨਹੀਂ ਮੈਨੂੰ ਕੋਈ ਕਿਸੇ ਨੇ ਹਾਲ ਚਾਲ ਨਹੀਂ ਪੁੱਛਿਆ ਇੱਕ ਹੈਗਾ ਸ਼ਾਗਿਰਦ ਦਾ ਉਹ ਮੀਨਾ ਦੀ ਮੀਨਾ ਮੇਰੀ ਦਵਾਈ ਜੋਗੇ ਪੈਸੇ ਦੇ ਦਿੰਦਾ ਨਹੀਂ ਹੋਰ ਨਹੀਂ ਕਿਸੇ ਤੇ ਪੁੱਛਿਆ ਕਿਤੇ ਕਿਤੇ ਨਾਲ ਕੰਮ ਕਰ ਚੁੱਕੇ ਹੋ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਬਰਾਹਿਮ ਕੁਦੂ ਵੱਡਾ ਵੱਡਾ ਕੁਵਈਆ ਸੀਗਾ ਮਲੇਰ ਕੋਲ ਦਾ ਹਾਂਜੀ ਫਜ਼ਲ ਮੁਹੰਮਦ ਮਲੇਰ ਕੋਲ ਦਾ ਨੂਰਦੀਨ ਮਲੇਰ ਕੋਲ ਦਾ ਹਾਂਜੀ ਟੱਕ ਮਜ਼ਾਰਾ ਦੁਆਬਾ ਹਾਂਜੀ ਆਵਾਜ਼ ਗੁੱਜਰਾਂ ਰਾਮਾ ਖੇਲਾ ਦਾ ਦਰਸ਼ਨ ਵੱਡਾ ਕਬਈਆ ਸੀ ਉਹਨਾਂ ਨਾਲ ਵੀ ਕੰਮ ਕੀਤਾ ਜੀ ਠੀਕ ਹੈ ਹਾਂ ਜੀ ਤੇ ਬਾਪੂ ਜੀ ਇਹ ਜਿਨ੍ਹਾਂ ਜਿਨ੍ਹਾਂ ਨਾਲ ਕੰਮ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਸਿਖਾਇਆ ਹੈ ਉਹ ਅੱਜ ਤੁਹਾਨੂੰ ਮਿਲਣ ਨਹੀਂ ਆਉਂਦੇ ਤੁਸੀਂ ਕਹਿੰਦੇ ਹੋ ਕਿ ਕੋਈ ਯਾਦ ਨਹੀਂ ਕਰਦਾ ਭੁੱਲ ਗਏ ਨੇ ਸਾਰੇ ਸ਼ਾਗਿਰਦ ਤੁਹਾਡੇ ਤੇ ਇੱਕ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਮਾੜਾ ਲੱਗਦਾ ਹੁੰਣਾ ਦਿਲ ਨੂੰ ਠੇਸ ਪਹੁੰਚਦੀ ਹੋਣੀ ਹੈ ਨਹੀਂ ਮਾੜਾ ਨਹੀਂ ਜੀ ਲਾਲਚ ਕਰਦੇ ਨੇ ਬਈ ਵੀ ਕੁਝ ਮੰਗ ਲਾਵਾਂ ਮੰਗ ਲਾਵਾਂ ਸਾਡੇ ਤੇ ਵੀ ਮੰਗਣਾ ਲਾਵਾਂ ਸਾਡੇ ਤੋਂ ਕੁਝ ਮੰਗ ਨਾ ਲਵੇ ਹਾਂ ਜੀ ਐਸ ਕਰਕੇ ਨਹੀਂ ਆਉਂਦੇ ਸੀ ਐਦਾਂ ਕਿਉਂ ਲੱਗਦਾ ਉਹਨਾਂ ਨੂੰ ਹਾਂ ਜੀ ਕਿਉਂ ਲੱਗਦਾ ਐਦਾਂ ਹਾਂ ਜੀ ਐਦਾਂ ਕਿਉਂ ਲੱਗਦਾ ਉਹਨਾਂ ਨੂੰ ਬਸ ਜੀ ਅੱਜ ਇਹ ਲਾਲਚ ਨੇ ਦੁਨੀਆ ਮਾਰ ਲਈ ਲਾਲਚ ਮਗਰ ਲੱਗੀ ਹੋਈ ਆ ਤੇ ਮੈਨੂੰ ਕੋਈ ਨਹੀਂ ਸਿਆਣ ਦੇ ਵੀ ਅਸੀਂ ਵੀ ਰੋਟੀ ਪਾਉਣ ਵਾਲਾ ਤਾਂ ਉਹ ਆ ਚੱਲ ਮਾੜੀ ਮੋਟੀ ਵੀਦਿਆ ਅਸੀਂ ਦੱਸ ਸੀ ਜਿਹੜਾ ਗਿਆਨ ਦਾ ਭੰਡਾਰ ਤੁਸੀਂ ਸੰਭੀ ਬੈਠੇ ਹੋ ਉਹ ਅੱਜ ਕੱਲ ਦੇ ਗਾਇਕ ਅੱਜ ਕੱਲ ਦੇ ਕਲਾਕਾਰ ਕੋਸੋਂ ਦੂਰ ਨੇ ਉਸ ਗਿਆਨ ਤੋਂ ਓ ਕਲਾਕਾਰ ਮੈਂ ਦੇਖੋ ਤੂੰ ਵੀ ਆਲਾ ਤਾਂ ਮੈਂ ਉਹੀ ਨਹੀਂ ਜਾਣਦਾ ਨਾਸੀ ਮੱਦੇਬਾਨ ਤੇ ਰੱਖੀਏ ਸਾਡੀ ਗਾਇਕ ਦੇ ਵਿੱਚ ਸਾਨੂੰ ਸਮਾਂ ਹਾਰ ਖਾਉਂਦਾ ਬਈ ਇਹ ਕਿਉਂ ਕਹਿੰਦੇ ਨੇ ਇੰਜ ਜਿਹਾ ਗੱਲਾਂ ਐਸ ਕਰਕੇ ਦੀ ਇਹਨਾਂ ਵਾਲਾ ਤੂੰ ਵੀ ਆ ਬੱਪੂ ਜਦੋਂ ਤੂੰਬੀ ਦੀ ਤੁਰਲੇ ਦੀ ਗੱਲ ਹੁੰਦੀ ਹੈ ਤੇ ਯਮਲੇ ਜੱਟ ਦੀ ਯਾਦ ਆਉਂਦੀ ਹੈ ਜ਼ਿਕਰ ਹੁੰਦਾ ਉਹਨਾਂ ਦਾ ਜਦੋਂ ਲਗੋਜ਼ੇ ਦਾ ਜ਼ਿਕਰ ਹੋਏਗਾ ਜਾਂ ਹੁੰਦਾ ਆ ਰਿਹਾ ਹੈ ਤਾਂ ਤੁਹਾਡਾ ਜ਼ਿਕਰ ਹੁੰਦਾ ਪਰ ਤੁਹਾਨੂੰ ਨਹੀਂ ਲੱਗਦਾ ਤੁਹਾਡਾ ਨਾਮ ਤੁਹਾਡੀ ਪਛਾਣ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਈ ਹੈ ਉਹ ਬੀਬੀ ਉਹ ਆ ਜਿਹੜਾ ਆ ਲਗੋਜ਼ਾ ਜਿਹੜੇ ਸਾਡੇ ਨਾਲ ਤੂੰਬੀ ਬੱਜਦੀ ਆ ਉਹ ਤੂੰਬਾ ਉਹ ਅੱਜ ਬਣਾਉਣ ਵਾਲੇ ਵੀ ਮਰ ਗਏ ਹਾਂਜੀ ਉਹ ਤੂੰਬਾ ਕਿੰਗ ਕਹਿੰਦੇ ਕਿੰਗ ਉਹਦੇ ਨਾਲ ਜੇ ਬੱਜਦੀ ਹੋਵੇ ਤਾਂ ਹੇ ਤੁਹਾਨੂੰ ਪਤਾ ਲੱਗੇ ਇਹ ਕੱਲੀ ਤਾਂ ਚੰਗੀ ਵੀ ਲੱਗਦੀ ਹਾਂ ਬੀਬੀ ਆਗਾ ਨਾ ਤੇ ਜਦੋਂ ਤੂੰ ਵੀ ਤੂੰ ਵੀ ਵਜਦੀ ਹੁੰਦੀ ਸੀ ਅਲਗੋਜ਼ੇ ਵੱਜਦੇ ਹੁੰਦੇ ਸੀ ਸੱਭਿਆਚਾਰ ਯਾਦ ਆ ਜਾਂਦਾ ਸੀ ਆਪਣਾ ਹੈਨਾ ਤੇ ਅੱਜ ਉਹ ਸੱਭਿਆਚਾਰ ਕਿੰਨਾ ਪਿੱਛੇ ਛੱਡ ਤਾ ਸੀ ਹਾਂ ਜੀ ਉਹ ਜੀ ਮੈਂ ਤਾਂ ਨਹੀਂ ਛੱਡਿਆ ਪਰ ਲੋਕਾਂ ਨੇ ਛਡਾਉਣ ਲੱਗੇ ਨੇ ਮੇਰੇ ਸ਼ਗਿਰਦ ਮੈਂ ਇਹ ਤੂੰ ਤਾਂ ਨਾ ਬਣਾਉਂਦਾ ਆਪਦਾ ਦਿਮਾਗ ਖਰਚ ਕਰਕੇ ਆ ਬਣਾਉਣ ਲੱਗਿਆ ਬਜਾਉਣ ਲੱਗਿਆ ਬੁਢਾ ਹੋ ਗਿਆ ਹੁਣ ਮੈਨੂੰ ਮੇਰੀ ਕਦਰ ਕਿਤੇ ਨਹੀਂ ਪਈ ਕਿੰਨੇ ਕ ਸ਼ਾਗਿਰਦ ਗਿਣਤੀ ਯਾਦ ਹੈ ਤੁਹਾਨੂੰ ਹਾਂ ਜੀ ਤੁਹਾਨੂੰ ਗਿਣਤੀ ਯਾਦ ਹੈ ਕਿ ਕਿੰਨੇ ਕ ਸ਼ਾਗਿਰਦ ਹੋਣੇ ਤੁਹਾਡੇ ਮੈਂ ਤਾਂ ਦੱਸ ਹੀ ਨਹੀਂ ਸਕਦਾ ਬੀਬੀ ਇੰਨੇ ਕ ਸ਼ਾਗਿਰਦ ਮੇਰੇ ਜਾਵੇ ਜਗੀਰਾ ਅਪਟਾਲਿਆਂ ਨੂੰ ਕੀ ਆ ਸੁਖਮਨਾਂ ਸੁਲੇਮਾਨ ਰਮਜ਼ਾਨ ਸਰਾਬੇ ਆਲਾ ਬਥੇਰੇ ਨੇ ਬੀਬੀ ਬਥੇਰੇ ਨੇ ਗਿਣੇ ਨਹੀਂ ਜਾਂਦੇ ਅੱਛਾ ਹਾਂ ਤੇ ਇਹਨਾਂ ਚ ਕੋਈ ਨਹੀਂ ਸਾਰ ਲੈਂਦਾ ਨਾ ਕੋਈ ਸਾਰ ਨਹੀਂ ਲੈਂਦਾ ਨਾ ਚੰਗੇ ਵਧੀਆ ਸੋਹਣੇ ਕੰਮ ਕਰਦੇ ਨੇ ਤੇ ਤੁਹਾਡੇ ਨਾਮ ਲੈਂਦੇ ਨੇ ਜਦੋਂ ਕਿਸੇ ਮੰਚ ਤੇ ਖੜੇ ਹੋ ਕੇ ਆਪਣੀ ਕਲਾਕਾਰੀ ਆਪਣਾ ਪ੍ਰਦਰਸ਼ਨ ਕਰਦੇ ਨੇ ਤਾਂ ਉਸ ਤੋਂ ਬਾਅਦ ਸ਼ੁਕਰੀਆ ਅਦਾ ਕਰਦੇ ਨੇ ਤੁਹਾਡਾ ਨਾਮ ਲੈ ਕੇ ਉਹ ਤਾਂ ਬੀਬੀ ਹੋਊਗਾ ਨਾ ਜਿਹੜਾ ਅਸਾਰ ਨੂੰ ਨਾ ਮੰਨੇ ਨਾ ਉਹਨੂੰ ਕੱਟਾ ਵਰਨੀ ਨਹੀਂ ਦਿੰਦਾ ਉਹਨੂੰ ਚੀਜ਼ ਇਹ ਸਾਜ ਨਹੀਂ ਆ ਸਕਦੀ ਸਾਡੇ ਵੀ ਇਹ ਸਾਜ ਨੇ ਜਦ ਅਸੀਂ ਖਾੜੇ ਵਿੱਚ ਖੜਨਾ ਪੈਰ ਪਾਉਣਾ ਉਸਾਰ ਪੀਰ ਦਾ ਮੱਥਾ ਟੇਕਣਾ ਹਾਂਜੀ ਹਾਂਜੀ ਇਹ ਵੀ ਲੈਂਦੇ ਨੇ ਇਹ ਵੀ ਲੈਂਦੇ ਨੇ ਆਪਦੇ ਉਸਾਰ ਦਾ ਬਾਪੂ ਜੀ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈ ਹੋਰ ਵੀ ਕੋਈ ਤੁਹਾਡੇ ਤੋਂ ਬਾਅਦ ਅਲਗੋਜ਼ੇ ਵਜਾਉ ਰਿਹਾ ਮੇਰਾ ਬਾਪੂ ਜੀ ਦਾ ਮਾਏ ਲੱਗਿਆ ਇੱਕ ਮੁੰਡੇ ਨੂੰ ਮਾ ਹੋਰ ਸਖਾਰ ਆ ਉਹਨੂੰ ਸਿਖਾਉਣੇ ਨੇ ਵਜਾਉਣੇ ਤਾਂ ਨਹੀਂ ਆਉਂਦੇ ਉਹਨੂੰ ਆ ਜਿਹੜਾ ਇੱਥੇ ਮੇਰੇ ਕੋਲੇ ਬੈਠਾ ਸੀ ਉਹਨੂੰ ਬਣਾਉਣੇ ਸਿਖਾਉਣੇ ਨੇ ਵੀ ਮੇਰੇ ਕੋਲੇ ਮੇਰੀ ਨਾਵਾਜਾਦੀ ਰਹਿ ਜੂ ਬਈ ਤੁਹਾਡੇ ਕੋਲੇ ਆ ਜਾ ਕਰਾਂਗੇ ਪਰ ਬਾਪੂ ਜੀ ਅੱਜ ਕੱਲ ਕਿੱਥੇ ਦਿਖਦੇ ਨੇ ਹਲਗੋਜ਼ੇ ਇਹ ਤੁੰਬੀਆਂ ਇਹ ਜਿਹੜੇ ਪੁਰਾਣੇ ਸਾਜ਼ ਹੁੰਦੇ ਸੀਗੇ ਇਹਨਾਂ ਸਾਜ਼ਾਂ ਤੋਂ ਬਗੈਰ ਜਿਹੜੀ ਗਾਇਕੀ ਹੁੰਦੀ ਸੀ ਉਹ ਅਧੂਰੀ ਹੁੰਦੀ ਸੀ ਅੱਜ ਇਹ ਸਾਜ਼ ਕਿੱਥੇ ਦਿਖਦੇ ਹੀ ਨਹੀਂ ਇਤਾ ਜੀ ਇਹ ਜਿਹੜੇ ਅਲਗੋਜੇ ਨੇ ਅਲਗੋਜੇ ਦਾ ਬਹੁਤ ਉਬਦਾ ਚੀਜ਼ ਹੈ ਬੜੇ ਬੜੇ ਤੀਰ ਸਤਾਮਾਂ ਤੇ ਵੱਜੇ ਨੇ ਇਹ ਹੋਰ ਉਹਦੀ ਕੋਈ ਗੱਲ ਹੀ ਹੈ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਹੋਰ ਸਾਜ਼ਾਂ ਨੇ ਇਹਨਾਂ ਸਾਜ਼ਾਂ ਦੀ ਥਾਂ ਲੈ ਲਈ ਹੈ ਇਸ ਦੇ ਪਿੱਛੇ ਕੀ ਕਾਰਨ ਰਿਹਾ ਕਮੀ ਕਿੱਥੇ ਰਹੀ ਹੈ ਇਹਦੇ ਵਿੱਚ ਕਾਰਨ ਇਹ ਸਾਡੇ ਉਸਤਾਜਾਂ ਨੇ ਦੱਸਿਆ ਸੀ ਕੁਦਰਤ ਵਾਲੇ ਨੇ ਮੇਰਾ ਤਾਂ ਸਾਹ ਪਟਾਇਆ ਆ ਜਿਹੜਾ ਜਵਾਨ ਆ ਮੂੰਹ ਥਾਈਂ ਹਵਾ ਕੱਢੀ ਜਾਂਦੇ ਆ ਨੱਕ ਥਾਈਂ ਸਾਹ ਲਈ ਜਾਂਦੇ ਆ ਹਾਂਜੀ ਹਾਂਜੀ ਇਹ ਸਾਡੀ ਜਾ ਖੋਲੀ ਹੋਈ ਆ ਜਿਹਦਾ ਨਹੀਂ ਸਾਹ ਉਤਰਾਂ ਜਾ ਕਾ ਉਹ ਘੰਟੇ ਦੋ ਘੰਟੇ ਵਿੱਚ ਹੀ ਸਿੱਖ ਜਾਂਦਾ ਨਾ ਸਕੇ ਤਾਂ ਦੋ ਸਾਲ ਨਾ ਸਕੇ ਜੀ ਆਹ ਗੱਲਾਂ ਤੁਹਾਨੂੰ ਦੋ ਘੰਟੇ ਲੱਗੇ ਸੀ ਕਿ ਦੋ ਸਾਲ ਨਹੀਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਨਾਲ ਦੋ ਘੰਟੇ ਲੱਗੇ ਹੀ ਨਹੀਂ ਮੈਂ ਤਾਂ ਸਿੱਧੀ ਚੱਕ ਕੇ ਆਂ ਸੋਟੀ ਤੇ ਮਾਰੀ ਉਹ ਜੜ ਜੀ ਝਾੜ ਲਈ ਮੈਂ ਫਾਇ ਕਰਕੇ ਫੂਕ ਮਾਰੀ ਉਹ ਵੱਜ ਪਈ ਆ ਪਈ ਫਿਰ ਨਾ ਵਜਾਉਣ ਲੱਗਿਆ ਮੈਂ ਆਪਣੇ ਬਾਪੂ ਨੂੰ ਗਿਆ ਮਾ ਬਾਪੂ ਮੇਰਾ ਸਾਹ ਨਹੀਂ ਲੈਂਦਾ ਉਹ ਕਹਿੰਦਾ ਤੇਰਾ ਸਾਹ ਉੱਟ ਗਿਆ ਉਹ ਮੈਂ ਕਿਹਾ ਹੁਣ ਮੈਂ ਕੀ ਕਰਾਂ ਉਹ ਕਹਿੰਦਾ ਨਗੋਜ਼ੇ ਵਜਾਇਆ ਕਰੇਗਾ ਆ ਉਹਦੀ ਕਿਰਪਾ ਦੁਆ ਹੋਈ ਗੀ ਠੀਕ ਹੈ ਜਦੋਂ ਤੁਸੀਂ ਅਲਗੋਜ਼ੇ ਵਜਾਉਂਦੇ ਸੀ ਤਾਂ ਜਿਹੜੇ ਅੱਗੇ ਖੜ ਕੇ ਗਾਇਕ ਗੀਤ ਗਾਉਂਦੇ ਹੁੰਦੇ ਸੀ ਉਹਨਾਂ ਗੀਤਾਂ ਦੇ ਵਿੱਚ ਤੇ ਅੱਜ ਕੱਲ ਦੇ ਗੀਤਾਂ ਦੇ ਵਿੱਚ ਕੀ ਫਰਕ ਲੱਗਦਾ ਉਹ ਗੀਤਾਂ ਵਿੱਚ ਸਾਡੇ ਵਿੱਚ ਜਜ਼ਬਾ ਬਹੁਤ ਆ ਇਹ ਜਿਹੜੇ ਅਸੀਂ ਆ ਗਵਈਆ ਸਾਡਾ ਜਿਹੜਾ ਸਾਡੇ ਆ ਤੂੰਬੇ ਨੂੰ ਵੋਜਣਾ گاਊ ਆ ਉਹ ਅਨਪੜ ਹੋਊਗਾ ਵੱਡੀ ਗੱਲ ਇਹ ਆ ਅਨਪੜ ਹੋਊਗਾ ਪੰਜ ਕਲੀਆਂ ਉਹਨੇ ਉਸਤਾਦ ਨੇ ਦੱਸਣੀਆਂ ਨੇ ਪੰਜ ਕਲੀਆਂ ਲੈ ਵੀ ਕੱਲ ਨੂੰ ਤੇ ਇੱਥੇ ਸੁਣਣੀਆਂ ਨੇ ਰਾਤ ਨੂੰ ਲੈ ਕੇ ਆ ਤੁਰਿਆ ਆ ਉਹ ਪੰਜ ਚਾਰ ਕੋ ਮਿਲ ਲਈ ਸੀ ਜਾਂ ਚੋਕ ਸੀਗੇ ਪੰਜ ਚਾਰ ਕੋ ਚੁਕੇ ਤੁਰਿਆ ਆ ਤੇ ਗਾ ਆ ਕੇ ਇੱਕ ਟੱਪਾ ਖੁੰਝ ਗਿਆ ਉਹ ਲੈ ਵੀ ਇੱਕ ਟੱਪਾ ਦਾ ਕੋਝ ਗਿਆ ਮੈਂ ਜਾ ਸਾਹ ਨਾਲ ਲੜੂਗਾ ਮੁੜ ਕੇ ਫੇਰ ਜਾਵਾਂ ਮੁੜ ਕੇ ਫੇਰ ਉਹਦੇ ਕੋ ਟੱਪਾ ਯਾਦ ਕਰਕੇ ਫੇਰ ਉਹਨੂੰ ਕਲੀਆਂ ਸੁਣਾਉਣੀਆਂ ਸਾਡੀ ਤਾਂ ਬਹੁਤ ਵੱਡੀ ਚੀਜ਼ ਹੈ ਜੀ ਕਿਹੜੇ ਕਿਹੜੇ ਗਾਇਕ ਗਾਉਂਦੇ ਹੁੰਦੇ ਸੀ ਜਦੋਂ ਤੁਸੀਂ ਅਲਗੋਜ਼ਾ ਵਜਾਉਂਦੇ ਹੁੰਦੇ ਸੀ ਮਿਰਜ਼ਾ ਸਹਿਵਾ ਜੈਵਲ ਫੱਤਾ ਕੀਮਾ ਮਲਕੀ ਸੋਹਣੀ ਮਹੀਵਾਲ ਹੀਰ ਰਾਜਾ ਦੁੱਲਾ ਪੱਟੀ ਕੌਲਾ ਭਗਤਣੀ ਪੂਰਨ ਭਗਤ ਇਹ 18 ਸਾਰਾ ਲੜੀਆਂ ਚੱਲੀਆਂ ਸੀ ਸਾਡੇ ਕੋਲੋਂ ਜੀ ਹੁਣ ਤਾਂ ਮੇਰੇ ਵੀ yaad ਨਹੀਂ ਹੈ ਬਾਪੂ ਜੀ ਜਿਹੜੇ ਪੁਰਾਣੇ ਸਮੇਂ ਦੇ ਗਾਇਕ ਹੁੰਦੇ ਸੀ ਜਦੋਂ ਤੁਹਾਡਾ ਸਮਾਂ ਹੁੰਦਾ ਸੀ ਜਵਾਨੀ ਦਾ ਸਮਾਂ ਹੁੰਦਾ ਸੀ ਕਿਹੜੇ ਕਿਹੜੇ ਗਾਇਕਾਂ ਦੇ ਨਾਲ ਖੜ ਕੇ ਅਲਗੋਜ਼ਾ ਵਜਾਇਆ ਹੋਇਆ ਆਵਾਜ਼ ਆ ਚੁੱਕਾ ਹੈ ਇਬਰਾਹਿਮ ਕੁਦੂ ਹਾਂ ਫਜ਼ਲਾ ਮਲੇਰ ਕੋੜਲਾ ਨੂਰਦੀਨ ਮਲੇਰ ਕੋੜਲਾ ਦਰਸ਼ਨ ਰਾਮਾਖੇਲਾ ਦਾ ਟੱਕ ਮਜਾਰੇ ਦਾ ਆਵਾਜ਼ ਗੁੱਜਰ ਤੇ ਬਾਪੂ ਜਿਹੜੇ ਅੱਜ ਕੱਲ ਦੇ ਗਾਇਕ ਨੇ ਜੇ ਉਹ ਤੁਹਾਨੂੰ ਫਰਮਾਇਸ਼ ਕਰਨ ਕਿ ਬਾਪੂ ਜੀ ਅਸੇ ਗੀਤ ਦੇ ਵਿੱਚ ਤੁਹਾਡੇ ਤੋਂ ਅਲ ਗੋਜ਼ਾ ਵਜਾਉਣਾ ਤਾਂ ਗਾ ਲੋਗੇ ਉਹਨਾਂ ਦੇ ਨਾਲ ਉਹ ਗੀਤ ਪਸੰਦ ਆ ਜਾਣਗੇ ਤੁਹਾਨੂੰ ਇਉਂ ਗੱਲ ਆ ਜੇ ਗੀਤ ਤਾਂ ਪਸੰਦ ਨਹੀਂ ਆਉਣੇ ਉਹਨਾਂ ਨੇ ਤਾਂ ਟੱਪੇ ਗਾਉਣੇ ਨੇ ਅਸੀਂ ਆ ਹੁਣ ਜਿਹੜੀ ਗੱਲ ਕਰਨ ਲੱਗੇ ਨਾ ਇੱਕ ਗੱਲ ਕਰਨ ਲੱਗੇ ਜੀ ਉਹ ਗਾਹਾਂ ਹੀ ਗਾਹਾਂ ਮੈਨੂੰ ਆ ਭਾਈ ਨੇ ਵੀ ਟੋਕਿਆ ਵੀ ਤੂੰ ਤਾਂ ਲੰਬੀ ਗੱਲ ਲੈ ਜਾਣਾ ਦਹੂਦ ਵਾਲੀ ਬਈ ਅੱਜ ਤਾਂ ਜਿਹੜੇ ਬਾੜ੍ਹੇ ਪੈ ਜਾਂਦੇ ਨੇ ਫਿਰ ਉਹ ਉਹ ਸਿਰੇ ਲਾ ਕੇ ਹਟਦੇ ਆ। ਹਾਂਜੀ। ਹਾਂਜੀ ਆ ਸ਼ਪਾਰ ਦਾ ਮੇਲਾ ਆਇਆ ਸੀ। ਸਾਨੂੰ ਚਾ ਚੜਨਾ ਲੱਭੀ ਸਾਰੀ ਰਾਤ ਲੱਗੋ। ਸਾਰੀ ਰਾਤ ਲਾਉਦੇ ਹੁੰਦੇ ਸੀ ਸਾਡੀ ਗਾਇਕ ਬਹੁਤ ਲੰਮੇ ਐ 18-17 ਜਿਹੜੀਆਂ ਲੜੀਆਂ ਸੀ ਇੱਕ ਲੜੀ ਫੜ ਲੈਣੀ ਤੇ ਦੂਜੀ ਨੂੰ ਕਰਨੇ ਨਹੀਂ ਕੁਝ ਉਹ ਸਿਰੇ ਲਾ ਦੇਣੀ। ਲੋਕਾਂ ਦੇ ਯਾਦ ਸੀਗੀ ਲੈ ਵੀ ਫਲਾਣੇ ਉੱਥੋਂ ਸੁਣਾਵੇ ਤਿੰਨ ਕੀ ਉੱਥੋਂ ਸੁਣਾਵੇ। ਫੇਰ ਉਹਨਾਂ ਨੂੰ ਉਹਦੇ ਵਿੱਚੋਂ ਹੀ ਸੁਣਾਈ ਜਾਂਦੇ ਸੀ ਇੰਉਂ ਨਹੀਂ ਬਈ ਕੋਈ ਹੋਰ ਕਲੀ ਲਾਉਂਦੇ ਬਾਪੂ ਜੀ ਜਿਹੜੇ ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਬਣਿਓ ਤੁਸੀਂ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਪਹਿਲੇ ਇਹ ਪ੍ਰੋਗਰਾਮ ਤਾਂ ਹੁਣੇ ਘਟ ਗਏ ਨੇ ਜਾਂ ਬੰਦ ਹੋ ਗਏ ਨੇ ਮੇਲੇ ਅੱਜਕੱਲ ਕਿਤੇ ਟਾਵੇਂ ਟਾਵੇਂ ਹੀ ਲੱਗਦੇ ਦਿਖਦੇ ਨੇ ਓਏ ਓਹ ਗੱਲ ਹੋ ਗਈ ਜੀ ਮੇਲਿਆਂ ਦੇ ਵਿੱਚ ਹੁਣ ਮੇਰੇ ਵਰਗੇ ਮੂਰਖ ਜਾਂਦੇ ਨੇ ਅੱਗੇ ਜਾਂਦੇ ਸੀ ਸਿਆਣੇ 6 ਮਹੀਨੇ ਗਵਈਆ ਸਾਡੇ ਸਾਡਾ ਨਗੋਜਾ ਤੂੰ ਬਿਆਲਾਰ ਘੱਟ ਸਾਰਗੀ ਵਾਲਾ 6 ਮਹੀਨੇ 1 ਰੁਪਈਏ ਦੇ ਸਾਰਦਾ ਸੀ ਹੂੰ ਉਹਦੇ ਜੇ ਦੁਆਰੇ ਖਾੜਾ ਲੱਗ ਗਿਆ ਲੋਕ ਬੈਠੇ ਨੇ ਜਿਉ ਉਹਨੇ ਰੁਪਈਆ ਕੱਢਿਆ ਨਾ ਤਾਂ ਉਹਨੇ ਪੁੱਛਣਾ ਵੀ ਤੂੰ ਅੱਗੇ ਤਾਂ ਨਹੀਂ ਦੇਤਾ ਹੂੰ ਕਹਿੰਦਾ ਨਹੀਂ ਅੱਗੇ ਹੀ ਦਿੱਤਾ ਤਾਂ ਦੇਣਾ ਬਾਜੇ ਬੁੜੇ ਐ ਜੇ ਸੀ ਆਪਦੇ ਸਾਫਿਆਂ ਨੇ ਲੜੋਂ ਖੋੜ ਕੇ ਚਵਾਨੀ ਚਵਲੀ ਇਕੱਠੀ ਕਰਕੇ 10 ਰੁਪਈਆ ਦਿੰਦੇ ਹੁੰਦੇ ਸੀਗੇ ਬੀਬੀ ਸਾਡੀ ਮਿਹਨਤ ਬਹੁਤ ਆ ਪਰ ਹੁਣ ਜਦ ਗੌਂਦ ਦੀ ਲਜਤਾਈ ਹੁਣ ਗੌਦ ਖਤਮ ਹੋ ਗਿਆ ਬਾਪੂ ਜੀ ਅੱਜ ਕੱਲ ਤਾਂ ਲੱਖਾਂ ਦੀ ਗੱਲ ਹੁੰਦੀ ਆ ਜਦੋਂ ਗਾਇਕੀ ਦੇ ਅਖਾੜੇ ਲੱਗਦੇ ਨੇ ਪਹਿਲੇ ਲੱਖਾਂ ਦੀ ਜਿਹੜੀ ਪੇਮੈਂਟ ਆ ਜਦ ਤੱਕ ਘਰ ਨਹੀਂ ਪਹੁੰਚਦੀ ਗਾਇਕ ਦੇ ਤਾਂ ਗਾਇਕ ਕਿੱਥੇ ਪਹੁੰਚਦਾ ਸਟੇਜ ਤੇ ਉਹ ਤਾਂ ਸਾਢੇ ਜਾਂ ਗੌਂਦੇ ਦੀ ਸਾਨੂੰ ਕਿਤੇ 50 ਰੁਪਏ ਬਣ ਜਾਣੇ ਕਿਤੇ 60 ਰੁਪਏ ਬਣ ਜਾਣੇ ਵੱਧਦੇ ਵੱਧ 100 ਰੁਪਏ ਬਣ ਜਾਣਾ ਆ 200 ਰੁਪਏ ਸਾਨੂੰ ਸ਼ਪਾਰ ਦੇ ਮੇਲੇ ਦੇ ਬਣਦਾ ਹੁੰਦਾ ਸੀ ਅਸੀਂ ਕਹਿੰਦਾ ਬੱਲੇ 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 ਅੱਜ ਸਾਨੂੰ ਉਹੀ ਬਹੁਤ ਜਿਹੜੇ ਗਾਇਕ ਹੁੰਦੇ ਨੇ ਉਹਨਾਂ ਦੀ ਗਾਇਕੀ ਨੂੰ ਚਾਰ ਚੰਨ ਤਾਂ ਲੱਗਦੇ ਨੇ ਕਿਉਂਕਿ ਜਿਹੜੇ ਪਿੱਛੇ ਮਿਊਜ਼ੀਸ਼ੀਅਨਸ ਬੈਠੇ ਹੁੰਦੇ ਨੇ ਵਜਾਉਣ ਵਾਲੇ ਜਿਹੜੇ ਸਾਜ਼ ਵਜਾਉਂਦੇ ਨੇ ਉਹਨਾਂ ਕਰਕੇ ਉਹਨਾਂ ਦੀ ਗਾਇਕੀ ਨੂੰ ਚਾਰ ਚੰਨ ਲੱਗਦੇ ਨੇ ਪਰ ਨਾਮ ਸਿਰਫ ਗਾਇਕ ਦਾ ਹੁੰਦਾ ਇਹ ਨਾਮਤਾ ਜੀ ਜਿਹਦਾ ਨਾਮ ਆ ਨਾ ਬਾੜੇ ਤਾਂ ਆਏ ਕਹਿੰਦੇ ਸੀ ਮੈਂ ਵਡਿਆਈ ਨਹੀਂ ਕਰਦਾ ਵੀ ਜਦ ਤੰਨੇ ਦੀ ਜੋੜੀ ਵੱਜੂਗੀ ਨਾ ਵੀ ਜਦ ਜਾਵਾਂਗੇ ਇਹ ਰੱਬ ਦੇ ਹੁਕਮ ਨਾਲ ਬੀਬੀ ਐ ਮੇਰੀ ਜੋੜੀ ਸਾਰਿਆਂ ਖਾੜਿਆਂ ਦੇ ਉੱਤੋਂ ਦੀ ਸੁਣਦੀ ਸੀ ਹਾਂ ਤਾਂ ਮੈਂ ਛੋਟਾ ਜਿਹਾ ਆਦਮੀ ਸੀ ਪਰ ਮੇਰੀ ਐਂਦੀ ਫੂਕ ਸੀਗੀ ਖਾੜਿਆਂ ਦੇ ਉੱਤੋਂ ਦੀ ਸੁਣਦੀ ਸੀ ਬਾਪੂ ਜੀ ਕਲਾ ਛੋਟੀ ਨਹੀਂ ਸੀਗੀ ਨਾ ਕਲਾ ਦੇ ਸਿਰ ਤੇ ਇਹ ਸਭ ਹਾਂ ਜੀ ਬੀਬੀ ਇਹ ਕੁਦਰਤ ਵਾਲੇ ਨੇ ਮੈਨੂੰ ਰੋਟੀ ਭੇਜੀ ਆ ਇਹ ਮੈਂ ਤਾਂ ਲੁਕੋਇਆ ਕੁਛ ਨਹੀਂ ਐ ਹੁਣ ਥੋੜੀ ਮਰਜੀ ਆ ਕੁਝ ਕਰਿਓ ਕੁਝ ਨਾ ਕਰਿਓ ਹੁਣ ਮੈਂ ਤਾਂ ਜਿਹੜੀ ਗੱਲ ਸੀ ਤੁਹਾਨੂੰ ਕਰਤੀ ਸੱਭਿਆਚਾਰ ਨੂੰ ਸਾਂਭਣ ਵਾਲਿਆਂ ਦੀ ਸਰਕਾਰਾਂ ਸਾਰ ਕਿਉਂ ਨਹੀਂ ਲੈਂਦੀਆਂ ਹੁਣ ਵੀ ਮੈਂ ਜਿੱਨਾ ਚ ਜਿਉਂਦਾ ਮੈਂ ਛੜਦਾ ਨਹੀਂ ਸੱਭਿਆਚਾਰ ਤੋਂ ਸਾਂਭੂਗਾ ਤੇ ਜਦੋਂ ਸਰਕਾਰਾਂ ਸਾਰ ਨਹੀਂ ਲੈਂਦੀਆਂ ਤੁਹਾਡੇ ਵਰਗੇ ਮਹਾਨ ਸ਼ਖਸੀਅਤਾਂ ਦੀ ਜਿਨ੍ਹਾਂ ਨੇ ਸੱਭਿਆਚਾਰ ਨੂੰ ਸਾਂਭਿਆ ਹੋਇਆ ਹੈ ਕਿੰਨੇ ਕਿੰਨੇ ਦਹਾਕੇ ਹੋ ਗਏ ਨੇ ਤੁਸੀਂ ਇਸ ਸੱਭਿਆਚਾਰ ਨੂੰ ਆਪਣੇ ਨਾਲ ਜੋੜੀ ਬੈਠੇ ਹੋ ਤਾਂ ਸਰਕਾਰਾਂ ਤੋਂ ਸ਼ਿਕਾਇਤ ਨਹੀਂ ਹੁੰਦੀ ਤੁਹਾਨੂੰ ਬਸ ਜੀ ਉਹਨਾਂ ਦੀ ਮਰਜ਼ੀ ਮੇਰੀ ਕੋਈ ਮਰਜ਼ੀ ਨਹੀਂ ਹੈ ਉਹਨਾਂ ਦੀ ਮਰਜ਼ੀ ਆ ਉਹ ਮੈਂ ਦਾ ਕਹਨਾ ਲਾਲਚ ਕਿਨੂ ਤਿਆਗਿਆ हां जी ਆ ਮੇਰੇ ਬੱਚੇ ਬਰਾਬਰ ਜੇ ਫਿਰਦੇ ਨੇ ਮੈਂ ਕੁਛ ਨਹੀਂ ਖਟਿਆ ਪਿੰਡ ਦੇ ਬੈਠੇ ਨੇ ਪੁੱਛਣੇ ਦੇ ਰਹੇ ਹੋ ਕਿਸੇ ਦਾ ਡੱਕਾ ਚੱਕ ਕੇ ਆਇਆ ਨਹੀਂ ਕੀਤਾ ਪਰ ਮੈਂ ਡੱਕਾ ਚੱਕ ਕੇ ਆਇਆ ਨਹੀਂ ਕੀਤਾ 10 9 ਦੀ ਕੁਮਾਰੀ ਨਾਲ ਆ ਜਵਾਕ ਪੜਾਏ ਨੇ ਤੇ ਬਾਹਰ ਜਗਾ ਸੀ ਮੇਰੇ ਤੇ ਕੋਈ ਕੇਸ ਪੈ ਗਿਆ ਸੀ ਮੇਰੇ ਘਰ ਦਾ ਹੀ ਉਹ ਪਹਿਲੇ ਪਹਿਲੇ ਹੱਲੇ ਹੀ ਗਈ ਅੱਛਾ ਹਾਂ ਜੀ ਬੀਬੀ ਮੈਂ ਤਤਾੰਗਾ ਪਰ ਮਾਇਆ ਦਾ ਧਰਮ ਨਹੀਂ ਛੱਡਿਆ ਕਿਸੇ ਦਾ ਚੱਕ ਕੇ ਆਇਆ ਨਹੀਂ ਕੀਤਾ ਡੱਕਾ ਬਾਪੂ ਜੀ ਘਰ ਦੇ ਪਰਿਵਾਰ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਨੇ ਥੋੜਾ ਦੱਸੋ ਸਾਨੂੰ ਹਲਾਲ ਤਾਂ ਬੀਬੀ ਹੁਣ ਜੇ ਮੈਂ ਕਹਾ ਵੇਖਾਂ ਦੀ ਭੁੱਖਾ ਕਹਿੰਦਾ ਬੀਬੀ ਹਲਾਲ ਤਾਂ ਮੰਗਾਈ ਦੇ ਜਿੱਦੇ ਹਲਾਲ ਤਾਂ ਮੰਦੇ ਹੀ ਨੇ ਬੀਬੀ ਮੰਦੇ ਹੀ ਨੇ ਗੌਰ ਮੂਟ ਮੂਰੇ ਕਰਦੇ ਆ ਗਵਰਨਮੈਂਟ ਅੱਜ ਰੱਬ ਬਣੀ ਹੋਈ ਆ ਬਈ ਜੇ ਮਾੜੀ ਮੋਟੀ ਉਹ ਬੋਲ ਚ ਮਿਟਿਆ ਰਲਿਆ ਹੋਇਆ ਮੋਤੀ ਝਾੜ ਲੈਣ ਤਾਂ ਬਲਿਆ ਆ ਗਾ ਲਬਰੀਆ ਜਦੋਂ ਇਹ ਲੀਡਰ ਵੱਡੇ ਵੱਡੇ ਲੀਡਰ ਤੁਹਾਡੇ ਪੈਰੀ ਹੱਥ ਲਾਉਂਦੇ ਨੇ ਮੈਂ ਸੁਣਿਆ ਆ ਕੇ ਵੋਟਾਂ ਮੰਗਣ ਵੇਲੇ ਤੇ ਉਹਨਾਂ ਲੀਡਰਾਂ ਨੂੰ ਸਵਾਲ ਨਹੀਂ ਪੁੱਛਦੇ ਤੁਸੀਂ ਕਿ ਜਿੱਤਣ ਤੋਂ ਬਾਅਦ ਵੀ ਸਾਰ ਲੈ ਲਿਆ ਕਰੋ ਨਹੀਂ ਜੀ ਬੀਬੀ ਮੈਨੂੰ ਕੋਈ ਨਹੀਂ ਕਿਸੇ ਨੇ ਪੁੱਛਿਆ ਜਬਾਈ ਕਿਸੇ ਨੇ ਨਹੀਂ ਪੁੱਛਿਆ ਨਾ ਪਿੰਡ ਦੇ ਵੀ ਬਹੁਤ ਚੰਗੇ ਨੇ ਪਿੰਡ ਦੇ ਜਾਂ ਮੇਰੇ ਤੇ ਕੇਸ ਪਿਆ ਸੀਗਾ ਪਿੰਡਦਿਆ ਨੇ ਮੇਰੀ ਇੰਨੀ ਮਦਦ ਕੀਤੀ ਆ ਮੈਂ ਉਹ ਤਾਂ ਮੈਂ ਦੱਸ ਨਹੀਂ ਸਕਦਾ ਕਰ ਕਰ ਬੱਚੇ ਬੱਚੇ ਨੇ गान है लीड़े कपड्या ना कोई अंत नहीं ਛੱਡਿਆ ਹਾਂ ਮੇਰੇ ਨੱਗਰ ਨੇ ਬਹੁਤ ਕੀਤੀ ਆ ਪਰ ਮੇਰੇ ਸ਼ਗਿਰਦਾਂ ਚੇਲਿਆਂ ਨੇ ਕੁਝ ਨਹੀਂ ਕੀਤਾ ਹਾਂ ਬਾਪੂ ਤੰਨਾ RAM ਅਲਗੋਜ਼ੇ ਵਾਲਾ ਜੇ ਅਲਗੋਜ਼ਾ ਨਹੀਂ ਵਜਾਏਗਾ ਤੇ ਗਾਇਕ ਗੀਤ ਨਹੀਂ ਗਾਏਗਾ ਕਦੀ ਅਜਿਹਾ ਵੀ ਹੋਇਆ ਸੀ ਜਦੋਂ ਮੇਲੇ ਲੱਗਦੇ ਹੁੰਦੇ ਸੀ ਕਿ ਗਾਇਕ ਨੇ ਜ਼ਿੱਦ ਕੀਤੀ ਹੋਵੇ ਕਿ ਜੇ ਬਾਪੂ ਤੰਨਾ RAM ਅਲਗੋਜ਼ਾ ਵਜਾਏਗਾ ਤਾਂ ਹੀ ਮੈਂ ਅਖਾੜਾ ਲਾਣਾ ਤਾਂ ਹੀ ਮੈਂ ਗੀਤ ਗਾਣਾ ਮਖ ਜੀ ਬਾਲਿਆਂ ਦੇ ਤੁਸੀਂ ਮੈਥੋਂ ਕੀ ਸੁਣਦੇ ਹੋ ਬਾਲਿਆਂ ਤੋਂ ਆਏ ਲੋਕੋ ਜੇ ਛੁੱਟ ਜਾਂਦੇ ਸੀਗੇ ਬਈ ਤੰਨਾ ਆ ਗਿਆ ਹੁਣ ਅਸੀਂ ਇੱਥੇ ਕੀ ਕਰਾਂਗੇ ਫਿਰ ਉਹਨਾਂ ਨੂੰ ਕਹਿਣਾ ਮੇਰੇ ਸ਼ਗਿਰਦ ਨੇ ਜਾਂ ਕੋਈ ਹੋਰ ਉਹ ਮਾਇ ਕੋ ਫਰਿਸ਼ਤਾ ਤਾਂ ਨਹੀਂ ਤੁਸੀਂ ਗਾਓ ਮੈਂ ਵੀ ਬੰਦਾ ਹੀ ਆ ਥੋੜਾ ਵਰਗਾ ਉਹਨਾਂ ਨੂੰ ਦਰਾਸਾ ਦੇਣਾ ਤਾਂ ਉਹਨਾਂ ਨੇ ਬਚਾਉਣੇ ਜਾਗੇ ਅੱਜ ਕੱਲ ਗਾਇਕੀ ਨੇ ਜਾਂ ਸੰਗੀਤ ਜਗਤ ਦੀ ਜੇਕਰ ਗੱਲ ਕਰੀਏ ਤਾਂ ਕੁਝ ਹੋਰ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਜਿਹੜੇ ਪਿਆਰ ਕਰਨ ਵਾਲੇ ਨੇ ਚਾਣ ਵਾਲੇ ਨੇ ਜਿਨ੍ਹਾਂ ਨੂੰ ਫੈਨਸ ਕਿਹਾ ਜਾਂਦਾ ਹੈ ਉਹ ਆਪਸ ਦੇ ਵਿੱਚ ਲੜੀ ਜਾ ਰਹੇ ਨੇ ਇਹ ਮਾਹੌਲ ਦੇਖ ਕੇ ਕੀ ਕੀ ਮਹਿਸੂਸ ਹੁੰਦਾ ਤੁਹਾਨੂੰ ਉਹ ਗੱਲ ਹੈ ਬੀਬੀ ਇਹ ਜਿਹੜੇ ਆਏ ਨੇ ਹੁਣ ਜਿਹੜੇ ਸਾਡੇ ਪਿਆਰ ਕਰਨ ਵਾਲੇ ਸੀ ਨਾ ਪੁਰਾਣੇ ਬਜ਼ੁਰਗ ਹਾਂਜੀ ਚਲ ਮੇਰੇ ਹਾੜੀ ਵੀ ਲਾ ਲਓ ਮੇ ਤੋਂ ਬਡੇ ਸੀਗੇ ਜਿਹੜੇ ਰਾਤ ਨੂੰ ਆਉਣਾ ਮੇਲੇ ਤੇ ਸਾਰੀ ਰਾਤ ਆਇਆ ਆਖਾਂ ਖੋਲੀ ਰੱਖਣੀ ਉਹਨਾਂ ਨੇ ਸੁਣਨੀ ਆ ਕਹਾਣੀ ਵੇ ਕਿਹੜੀ ਕਹਾਣੀ ਆ ਉਹ ਬੀਬੀ ਚਲੇ ਗਏ ਸਾਡੀ ਇਹ ਬੰਦਾ ਪੈ ਗਿਆ ਗਵਰਨਮੈਂਟ ਸਾਡੀ ਸਾਰ ਨਹੀਂ ਲੈ ਲੀ ਆ ਗੱਲ ਆ ਨਰਿੰਦਰ ਬੀਬਾ ਨਾਲ ਤੁਹਾਡਾ ਕਹਿੰਦੇ ਇੱਕ ਕੋਈ ਅਖਾੜਾ ਲਾਇਆ ਸੀ ਤੁਸੀਂ ਇੱਕ ਵਾਰੀ ਲਾਇਆ ਬੀਬੀ ਮੈਂ ਬਾਹਲਾ ਨਹੀਂ ਤੈਨੂੰ ਕਹਦਾ ਵੀ ਕਈ ਖਾਣੇ ਕਢਾਈ ਦੀ ਇੱਕ ਅਖਾੜਾ ਲਾਇਆ ਜਰੂਰ ਉਹ ਜਾਣੀ ਮੈਨੂੰ ਉਹ ਦੇਖ ਕੇ ਆਇਆ ਕਹਿੰਦੀ ਸੀ ਵੀ ਇਹ ਸਾਡੇ ਨਾਲ ਵਜਾ ਦੂ ਸਾਡਾ ਬੇਲੀ RAM ਬੇਲੀ RAM ਸੀ ਉਹਨਾਂ ਨਾਲ ਸਾਡਾ ਬੇਲੀ RAM ਵਰਗੀ ਜੋੜੀ ਨਹੀਂ ਵੱਜਦੀ ਸਾਡੇ ਐਡੇ ਦੇ ਤੁਰਲੇ ਗਰੇ ਐਂਡੀ ਆਏ ਇਕੱਠੇ ਹੋ ਗਏ ਤੇ ਮੈਂ ਉਹਨੂੰ ਕੱਢ ਕੇ ਇੱਕ ਨਗੋਜਾ ਫੜਾਤਾ ਮੈਂ ਲੈ ਬੈਣ ਆ ਤੂੰ ਆਪਦੇ ਬੇਲੀ ਰਾਮ ਨੂੰ ਦੇ ਦੇ ਸਾਡਾ ਇੱਕ ਨਗੋਜਾ ਜ ਫੂਕ ਭਰ ਦਵੇ ਨਾ ਮੈਂ ਉਹਦਾ ਸ਼ੇਰ ਦੋਹ ਦੂੰ ਜਦ ਮੇਰੇ ਮੂੰਹ ਕਨੀ ਚੱਕੀ ਮੇਰੀ ਪੱਗ ਦੇ ਅੱਛਾ ਉਹ ਤੂੰ ਤੂੰ ਟੁੰਬੇ ਵਾਲੇ ਆ ਵੀਰੇ ਅਸੀਂ ਤੁਹਾਨੂੰ ਤਾਂ ਜਾਣਦੇ ਆ ਫੇਰ ਉਹ ਚੁੱਪ ਹੋਈ ਉਹ ਐਨੀ ਐਨੀ ਫੂਕ ਮਾਰਦੇ ਨੇ ਉਹਨਾਂ ਨੇ ਮਾਈਕ ਚ ਇੰਨਾ ਖੜਕਾ ਕਰਨਾ ਤੇ ਅਸੀਂ ਬਿਨਾ ਮਾਈਕ ਦੇ ਵਿੱਚ ਸਾਤ ਜਾਵਾਂ ਸਾਡਾ ਰੌਲਾ ਪੈਣਾ ਹਾਂ ਤੇ ਜਦੋਂ ਮੈਂ ਕ ਅੱਗੇ ਖੜ ਕੇ ਗੋਜ਼ੇ ਵਜਾਉਂਦੇ ਸੀ ਤਾਂ ਆ ਕੇ ਉਹ ਕਹਿੰਦੇ ਨਹੀਂ ਸੀ ਕਿ ਮਾਈਕ ਅਭੀ ਬਾਜ ਤੁਸੀਂ ਬਿਲਕੁਲ ਹੀ ਮਾਈਕ ਮੂਰੇ ਖੜ ਕੇ ਮੈਕ ਫਾੜਨਾ ਐਡੀ ਉੱਚੀ ਆਵਾਜ਼ ਆ ਰਹੀ ਹੈ ਉਹ ਮਾਈਕ ਦੇ ਮੂਰੇ ਤੇ ਖੜੇ ਤਾਂ ਸਾਨੂੰ ਇੱਕ ਕਲਾਕਾਰ ਆ ਜਿਹੜਾ ਜਮਲਾ ਮੁੱਢਾ ਸਾਰਿਆਂ ਚੋਂ ਨਰਿੰਦਰ ਵੀ ਬਾਇਕ ਮੰਨਦੇ ਆ ਸੀ ਇੱਕ ਜਮਲੇ ਨੂੰ ਮੰਨਦੇ ਆ ਜਮਲੇ ਨੇ ਆ ਕੇ ਕਿਹਾ ਸੀ ਉਹ ਕਾਕਾ ਮੈਕ ਚ ਹੌਲੀ ਫੂਕ ਮਾਰ ਇਹ ਮੈਕ ਪਾਟੂ ਹਾਂਜੀ ਐਂਡਰੀ ਫੂਕ ਸੀ ਬੜੀ ਤੇ ਇੰਨਾ ਜੋਰ ਲੱਗਦਾ ਇੰਨੀ ਮਿਹਨਤ ਲੱਗਦੀ ਐ ਇਸ ਨੂੰ ਅੱਜ ਕੱਲ ਦੇ ਲੋਕ ਕਿੱਥੇ ਅੱਜ ਕੱਲ ਦੇ ਜਿਹੜੇ ਸਾਜ਼ ਵਜਾਉਣ ਵਾਲੇ ਨੇ ਮਿਹਨਤ ਕਰ ਸਕਦੇ ਨੇ ਜਿਹੜੀ ਤੁਸੀਂ ਕੀਤੀ ਐ ਇਹ ਜੋਰ 나ੜੀ 나ੜੀ ਦਾ ਲੱਗਦਾ ਸਾਰੇ ਜਿਸਮ ਦਾ ਰੋੜ ਲੱਗਦਾ ਜੋਰ ਬਹੁਤ ਜੋਰ ਲੱਗਦਾ ਉਹ ਦੇਖਣਾ ਹੈ ਕਹਿੰਦਾ ਵੀ ਆਹ ਨਗੋਜ਼ੇ ਵਜਾਉਂਦਾ ਬਾਈ ਹੈ ਜੋਰ ਬਹੁਤ ਲੱਗਦਾ ਬਾਬਾ ਜੀ ਕਿੰਨੀ ਦੇਰ ਲਗਾਤਾਰ ਅਲਗੋਜ਼ਾ ਵਜਾ ਲੈਨੇ ਹੋ ਇਹ ਮੇਰੀ ਗਰੰਟੀ ਸੀ ਜੀ 12 ਘੰਟੇ ਦਾ ਮੈਨੂੰ ਹਟਾਵੇ ਨਾ ਕੋਈ ਅੱਛਾ 12 ਘੰਟੇ ਮੈਨੂੰ ਹਟਾਵੇ ਨਾ 12 ਘੰਟੇ ਦੇ ਵਿੱਚ ਵਾਦਾ ਦਾ ਜਾਊਂਗਾ ਘੱਟਾ ਨਹੀਂ ਹੂੰ ਐਨੀ ਮੇਰੀ ਸੀਗੀ ਗਰੰਟੀ ਇਹ ਤਾਂ ਫਿਰ ਪਰਮਾਤਮਾ ਦੀ ਆਪ ਮਿਹਰ ਹੋਗੀ ਕੁਦਰਤ ਵਾਲੀ ਜੀ ਇਹ ਕੁਦਰਤ ਵਾਲੀ ਜੀ ਦੇਣ ਆਹ ਤਾਂ ਮੈਂ ਤਿੰਨ ਕਮੇਰੇ ਆਦਮੀ ਜਿੰਦੀ ਮੇਰੀ ਫੂਕ ਸੀ ਜਿੰਦੀ ਮੇਰੀ ਗਰੰਟੀ ਸੀ ਹਰੇਕ ਦੀ ਗਰੰਟੀ ਨਹੀਂ ਹੋ ਸਕੀ ਬਾਪੂ ਜੀ ਇਹ ਚੈਲੰਜ ਕਰਦੇ ਹਾਂ ਤੁਸੀਂ ਅੱਜ ਕੱਲ ਦੇ ਜਿਹੜੇ ਵਜਾਉਣ ਵਾਲੇ ਨੇ ਕਿ ਆਕੇ ਮੇਰੇ ਨਾਲ ਕੰਪੀਟੀਸ਼ਨ ਕਰੋ ਆਕੇ ਮੇਰੇ ਨਾਲ ਬੈਠੋ ਅਲਗੋਜ਼ਾ ਵਜਾਓ ਤਾਂ ਤੁਸੀਂ ਉਹਨਾਂ ਨੂੰ ਹਰਾ ਦੋਗੇ ਮੈਂ ਇਹਨਾਂ ਦਾ ਨਹੀਂ ਕਹਿੰਦਾ ਪਰ ਮੇਰਾ ਹਮਾਕਤ ਕਹਿੰਦੇ ਆ ਬਈ ਮੇਰੇ ਦਾ ਲਗਣੀ ਕੋਈ ਵਜਾਈ ਨਹੀਂ ਸਕਦਾ ਜਿਹੜੀਆਂ ਮੇਰੀਆਂ ਚੀਜ਼ਾਂ ਬਣੀਆਂ ਉਹਨਾਂ ਪੁਰਾਣੀਆਂ ਉਸਤਾਦਾਂ ਦੀਆਂ ਉਹ ਮੇਰੇ ਅੰਦਰ ਪੰਜਾਂ ਨੇ ਉਹ ਨਾ ਕੋਈ ਬਿਜਾਵੇ ਨਾ ਕੋਈ ਘਾਹ ਰੁਸਕੇ ਬਾਪੂ ਜੀ ਹਲੇ ਵੀ 99 ਸਾਲ ਦੀ ਉਮਰ ਹੋ ਗਈ ਹਲੇ ਵੀ ਐਨੇ ਹਾਂ ਜੀ ਮੈਂ ਤਾਂ ਅਜੇ ਮੁੰਡਿਆਂ ਨੂੰ ਨਹੀਂ ਆਉਣ ਦਿੰਦਾ ਮੇਰੀ ਚਾਹਂਦੀ ਹਿੰਮਤ ਆ ਐ ਐ ਚੀਜੀ ਉਹ ਮੈਂ ਤਾਂ ਤੋਰੀਆਂ ਨਹੀਂ ਜਾਂਦਾ ਐ ਚੀਜੀ ਮੇਰੀ ਐਂਦੀ ਹਿੰਮਤ ਆ ਵੀ ਮੈਂ ਮੇਰੇ ਨਾਲ ਦੇ ਕੋਈ ਹੋਵੇ ਮੈਂ ਨਹੀਂ ਉਹਨੂੰ ਆਉਣ ਦਿੰਦਾ ਬੜਾ ਚੰਗਾ ਲੱਗਿਆ ਬਾਪੂ ਜੀ ਤੁਹਾਡੇ ਨਾਲ ਗੱਲ ਕਰਕੇ ਉਹ ਪੁਰਾਣਾ ਸਮਾਂ ਜਿਹੜਾ ਤੁਸੀਂ ਸਾਨੂੰ ਦੱਸਿਆ ਕਿਸ ਤਰ੍ਹਾਂ ਦਾ ਸੀ ਜਦੋਂ ਤੁਸੀਂ ਅਲਗੋਜ਼ੇ ਵਜਾਉਂਦੇ ਰਹੇ ਹੋ ਜਦੋਂ ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਬਣਦੇ ਰਹੇ ਹੋ ਪਰ ਬੜਾ ਅਫਸੋਸ ਹੋਇਆ ਹੈ ਜਾਣ ਕੇ ਕਿ ਨਾ ਸਰਕਾਰਾਂ ਨੇ ਸਾਰ ਲਈਏ ਤੇ ਨਾ ਹੀ ਤੁਹਾਡੇ ਸ਼ਾਗਿਰਦਾਂ ਨੇ ਤੁਹਾਡੀ ਸਾਰ ਲਈਏ ਠੀਕ ਆ ਬੀਬੀ ਹੁਣ ਸਰਕਾਰ ਦੀ ਮਰਜ਼ੀ ਹੈ ਅਸੀਂ ਧੱਕਾ ਕਿਸੇ ਨੇ ਕਰਦੇ ਨਹੀਂ ਨਾ ਧੱਕਾ ਸਾਡਾ ਪੁੱਗੋ ਗਰੀਬ ਆਦਮੀਆਂ ਇਸ ਤਾਂ ਜੇ ਸਾਰ ਲੈਣੀ ਆ ਤਾਂ ਲੈ ਲੈਣੇ ਨਹੀਂ ਸਾਰ ਲੈਦੇ ਨਾ ਸਹੀ ਮੈਂ ਸੱਭਿਆਚਾਰਕ ਨੂੰ ਮੈਂ ਛੱਡਦਾ ਨਹੀਂ ਜੰਨਾ ਚਰ ਮੇਰੀ ਜ਼ਿੰਦਗੀ ਆ ਜ਼ਿੰਦਗੀ ਵੀ ਥੋੜੀ ਰਹਿ ਗਈ ਇੱਕ ਮੁੰਡੇ ਨੂੰ ਮੈਂ ਸਿਖਾ ਵੀ ਰਿਆਂ ਬਣਾਉਣੇ ਅੱਧਿਆ ਕੋ ਕਰ ਲਿਆ ਕੰਮ ਉਹਨੇ ਤੇ ਬਾਕੀ ਇਹਨੂੰ ਬਣਾਉਣਾ ਮੈਂ ਸਿਖਾ ਦੂੰ ਠੀਕ ਹੈ ਹਾਂ ਜੀ ਹਾਲਾਂਕਿ ਗੱਲਬਾਤ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਬਾਪੂ ਜੀ ਦੇ ਨਾਲ ਪਰ ਬਹੁਤ ਗੱਲਾਂ ਦੇ ਨਾਲ ਸਾਨੂੰ ਅਫਸੋਸ ਵੀ ਹੋਇਆ ਬਹੁਤ ਗੱਲਾਂ ਜਾਣ ਕੇ ਦਿਲ ਨੂੰ ਠੇਸ ਵੀ ਪਹੁੰਚੀ ਹੈ ਕਿ ਅਜਿਹੇ ਲੋਕ ਜਿਹੜੇ ਸੱਭਿਆਚਾਰ ਨੂੰ ਸੰਭੀ ਬੈਠੇ ਨੇ ਸਮਾਜ ਦੇ ਵਿੱਚ ਤੁਹਾਨੂੰ ਹਰ ਦੋ ਕਦਮ ਤੋਂ ਬਾਅਦ ਉਹ ਲੋਕ ਮਿਲ ਜਾਣਗੇ ਜਿਨ੍ਹਾਂ ਨੂੰ ਸੱਭਿਆਚਾਰ ਬਾਰੇ ਕੁਝ ਨਹੀਂ ਪਤਾ ਜਿਹੜੇ ਸੱਭਿਆਚਾਰ ਨੂੰ ਨਹੀਂ ਸੰਭ ਰੇ ਜਾਂ ਜਿਹੜੇ ਸੱਭਿਆਚਾਰ ਨੂੰ ਭੁਲਾਉਂਦੇ ਜਾ ਰਹੇ ਨੇ ਪਰ ਬੜੇ ਘਟ ਜਿਹੇ ਲੋਕ ਮਿਲਣਗੇ ਜਿਹੜੇ ਕਹਿਣਗੇ ਕਿ ਮੈਂ ਆਪਣੇ ਆਖਰੀ ਸਾਹ ਤੱਕ ਆਪਣੇ ਸੱਭਿਆਚਾਰ ਨੂੰ ਸੰਭਾਂਗਾ ਪਰ ਇਹਨਾਂ ਲੋਕਾਂ ਦੀ ਨਾ ਸਰਕਾਰਾਂ ਸਾਰ ਲੈਂਦੀਆਂ ਨੇ ਤੇ ਅਫਸੋਸ ਵਾਲੀ ਗੱਲ ਹੈ ਕਿ ਜਿਨ੍ਹਾਂ ਸ਼ਾਗਿਰਦਾਂ ਨੂੰ ਇਹਨਾਂ ਨੇ ਸਿਖਾ ਕੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਾਜ ਕਰਨਾ ਸਿਖਾ ਦਿੱਤਾ ਹੈ ਉਹਨਾਂ ਸ਼ਾਗਿਰਦਾਂ ਵੱਲੋਂ ਵੀ ਬਾਪੂ ਦੀ ਸਾਰ ਨਹੀਂ ਲਈ ਜਾ ਰਹੀ ਕੈਮਰਾਮੈਨ ਗਗਨਦੀਨ ਆਲ ਸੂਮਨ ਜੇਟਲੀ ਡੇਲੀ ਪੋਸਟ ਪੰਜਾਬੀ ਪਿੰਡ ਪੁੰਦੜੀ